ਕਹਿੰਦੀ ਸੀ ਮੁੰਡਾ ਨਾ ਨਾ ਤਾਂ ਦੇਖ ਮੇਰੇ ਸਰ ਦਾ ਪੜਨ ਦਾ ਪਤਾ ਲੱਗਾ ਕਦਮ ਪੜਦਾ ਸੀ ਨਾ ਕੰਜਰ ਦੇ ਨੌਕਰੀ ਲੈਤੇ ਦਾ ਪਤਾ ਲੱਗਿਆ ਅੱਛਾ ਹੁਣ ਮੇਰੀ ਇੱਕ ਗੱਲ ਸੁਣ ਨਾ ਦੇਖ ਲੈ ਮਿਸ ਕਮਿੰਨਾ ਦਾ ਮੇਰੇ ਸਰ ਦਾ ਨੌਕਰੀ ਤੇ ਆਪਣੇ ਜਵਾਕਾਂ ਦੀਆਂ ਆਪ ਤਰੀਫਾਂ ਨਹੀਂ ਕਰੀਦੀਆਂ ਹੁੰਨੀਆਂ ਨਜ਼ਰ ਲੱਗ ਜਾਂਦੀ ਹੁੰਦੀ ਮਾਂ ਪਿਓ ਦੀ ਤੇਰੀ ਗੱਲ ਸੁਣਾਇ ਕਰੀ ਪਿੰਡ ਜਾ ਕੇ ਨਾ 20 ਰੁਪਏ ਦੇ ਪਤਾਸੇ ਲੈ ਕੇ ਬਾਬੇ ਦੀ ਕੜਾਹੀ ਲਈ ਅੱਜ ਆਪਾਂ ਮੇਰੇ ਸਾਲ ਦਾ ਨੀਜੇ ਤੋਂ ਬਾਅਦ ਖੱਬਲਿਆ ਸਾਰੇ ਗਰਭ ਗਿਆ ਕੰਜਰ ਦਾ ਬੱਬੂ ਦੇ ਭਾਪੇ ਓ ਆ ਲੈ ਚਾਹ ਪੀ ਲੈ ਰੱਖ ਦੇ ਇੱਥੇ ਆਪੀ ਪੀ ਲੂੰਗਾ ਮੈਂ ਉਹ ਪੀ ਲੈ ਫੇ ਠੰਡੀ ਹੋ ਜਾਣੀ ਫੇ ਗਾਲਾਂ ਕੱਢੇਗਾ ਰੱਖ ਦੇ ਇੱਥੇ ਹੁਣ 11 ਵਜੇ ਕਿ ਹੰਨੇ ਚੜ ਕੇ ਚੜਨ ਲੱਗੀ ਉਹ ਆ ਜਾ ਚਾਹ ਪੀ ਲਾ ਬਹੁਤਾ ਨਾ ਬੋਲ ਹਰ ਵੇਲੇ ਤੱਤਾ ਹੋਇਆ ਰਹਿਣਾ ਹਾਂ ਲੈ ਫੜ ਪੀ ਜਾ ਲੱਪਾ ਆ ਬਿੰਦ ਬਿੰਦ ਮਗਰੋਂ ਚਾਹਾਂ ਮੰਗਦਾ ਰਹਿਣਾ ਫੇ ਕਹਿੰਦਾ ਮੇਰੇ ਤੇਜ਼ਾਬ ਬਣ ਗਏ ਕਦੀ ਉਹ ਡਾਕਟਰ ਕੋ ਕਦੀ ਉਹ ਡਾਕਟਰ ਕੋਲ ਰੋਟੀ ਦਾ ਵੇਲਾ ਹੋਇਆ ਕਿਧਰੇ ਨਹੀਂ ਚਾਹ ਨਾਲ ਤੇਜ਼ਾਬ ਬਣਦਾ ਹੈਗਾ ਇਹ ਆ ਮੇਰੇ ਸਾਰੇ ਖਾਣੇ ਪੀਣੇ ਜ਼ਹਿਰ ਬਣੇ ਪਏ ਨੇ ਲੈ ਚਾਹ ਪੀ ਹੋਰ ਨਾਲੇ ਆਏ ਕਰੀ ਕੰਮ ਧੰਦਾ ਜਿਹਾ ਨਿਬੇੜ ਕੇ ਆ ਜਾਈਂ ਇੱਥੇ ਮੈਂ ਖੱਬਲ ਵੱਢੀ ਜਾਊਂਗਾ ਮੂਹਰੇ ਮੂਹਰੇ ਤੇ ਮਗਰ ਮਗਰ ਚੁਗੀ ਚੱਲੀ ਖੱਬਲ ਕੋਈ ਨਹੀਂ ਰੱਬ ਦਾ ਕੀ ਪਤਾ ਫੇਰ ਮੀਂਹ ਡਿੱਗ ਦੇਗਾ ਫੇਰ ਵਿੱਚੀ ਗਰਭ ਜਾਂਦਾ ਕੱਦੂ ਧਰਨਾ ਧਰ ਕੇ ਫਿਰ ਮੈਂ ਆਉਣੀ ਆ ਮੇਰੇ ਸਾਲੀ ਦੀ ਮੜੀ ਮੋਟੀ ਪੱਤੀ ਪੁੱਤੀ ਦਾ ਗਾਲ ਲੈਂਦੀ ਕੁੜੀ 14 ਉਬਲਿਆ ਪਾਣੀ ਦਾ ਬਣਾ ਕੇ ਮੱਥੇ ਮਾਰਿਆ ਨਾ ਕੀ ਹੋ ਗਿਆ ਚਾਹ ਨੂੰ ਬੜੀ ਸੋਹਣੀ ਤਾਂ ਚਾਹ ਆ 15 ਮਿੰਟ ਲਾਏ ਬਣਾਉਣ ਨੂੰ ਛੁੜਛਣਾ ਚਾਹ ਵਧੀਆ ਮੜੀ ਮੋਟੀ ਪੱਤੀ ਪੁੱਤੀ ਗਾਲ ਅਗਰ ਬੱਗੀ ਦਾ ਚਾਹ ਪਈਏ ਜਮੀ ਬੇ ਤੈਨੂੰ ਤਾਂ ਕੁਛ ਪਸੰਦ ਹੀ ਨਹੀਂ ਆਉਂਦਾ ਉੱਥੇ ਗਹਾ ਪੋਸਤ ਪੈ ਵੀ ਝੋਲੇ 'ਚ 2 ਡੱਕੇ ਉਹਦੇ ਪਾ ਲੈਂਦੀ ਹਾਂ ਕੀ ਅੱਗ ਸਵਾਹ ਖਾਈ ਜਾਂਦਾ ਕੀ ਨਿਕਲੂਗਾ ਉਹਦੇ 'ਚ ਹੈ ਨਾਮ ਦਾ ਨਸ਼ਾ ਕਰ ਜਿਹੜਾ ਤੈਨੂੰ ਕਦੀ ਉਤਰੂ ਨਾ 50 ਵਾਰ ਕਿਹਾ ਵੀ ਨਰਾਲੇ ਬਾਬੇ ਕੋ ਵਗ ਜਾ ਨਰਾਲੇ ਬਾਬੇ ਕੋ ਵਗ ਜਾ ਤੇਰੇ ਕਰਮ ਸੁਧਰ ਜਾਣਗੇ ਮੈਂ ਮੇਰੇ ਸਾਲੇ ਦੀ ਨੂੰ ਹੁਣ ਦੇ ਦੂੰ ਬੜੇਵੇਂ ਜੋ ਦੀ ਬਣਿਆ ਨਰਾਲੇ ਬਾਬੇ ਦੀ ਪਤਾ ਨਹੀਂ ਭੈਣ ਦੇ ਖਦਮ ਨੇ ਕੀ ਘੋਲ ਕੇ ਦਿਮਾਗ 'ਚ ਪਾਤਾ ਇਹਦੇ 24 ਘੰਟੇ ਨਰਾਲਾ ਬਾਬਾ ਨਰਾਲਾ ਬਾਬਾ ਵਿਹਲੜ ਮੇਰੇ ਸਾਲ ਦਾ ਵਿਹਲੜ ਉਹਦੀਆਂ ਜਨਾਨੀਆਂ ਜਿਹੜੀਆਂ ਮਗਰ ਲੱਗੀਆਂ ਨੇ ਇਹਦੇ ਕੱਲੀਆਂ ਜਨਾਨੀਆਂ ਨਹੀਂ ਬੰਦੇ ਵੀ ਦੇਖ ਤੇਰੇ ਵਰਗੇ ਸਾਰੇ ਉੱਥੇ ਸੇਵਾ ਕਰਦੇ ਇਹੋ ਜਿਹੇ ਬੰਦੇ ਹੋਣਗੇ ਘੋੜੂ ਭੈਣ ਦੇ ਖਸਮ ਜਿਹੜੇ ਉਹਦੇ ਮਲੰਗ ਕੋਲੇ ਤੁਰੇ ਫਿਰਦੇ ਨੇ ਬਾਹਣ ਜੀਰੀਆਂ ਲਾਉਣ ਵਾਲੇ ਪਏ ਨੇ ਕੰਮ ਕਰਨ ਖੇਤ ਨਾ ਬੋਲਾ ਬੋਲ ਬਾਬੇ ਨਰਾਲੇ ਨੂੰ ਨਾ ਬੋਲ ਉਹ ਸਭ ਕੁਝ ਦੇਖਦਾ ਜਾਣੀ ਜਾਣਵਾ ਅੱਛਾ ਛੱਡ ਜਿਹੜੀ ਗੱਲ ਕਰਨ ਵਾਲੀ ਆ ਉਹ ਕਰ ਪੰਮੀ ਦਾ ਫੋਨ ਆਇਆ ਸੀ ਕੀ ਕਹਿੰਦੀ ਕਹਿਣਾ ਕੀ ਆ ਭਾਈ ਲਾਪਾ ਕਰੀ ਜਮੇਰ ਸੂ ਨੇ ਕਲੇਸ਼ ਭਾ ਰੱਖਿਆ ਕਰ ਕਿਉਂ ਕਹਿੰਦੀ ਪੈਸੇ ਮੋੜੋ ਆ ਕਹਿੰਦੀ ਥੋੜੇ ਦਿਨਾਂ ਲਈ ਲਏ ਸੀ 6 ਮਹੀਨੇ ਹੋ ਗਏ ਅਗਲੀ ਗੋਡੇ ਗੋਡੇ ਬੋਲੀ ਮੈਨੂੰ ਭਾਈ ਜਿਵੇਂ ਮਰਜ਼ੀ ਕਰ ਪੈਸੇ ਮੋੜ ਉਹਦੇ ਪੈਸੇ ਕਿੱਥੋਂ ਮੋੜਾ ਪੈਸੇ ਦਰਖਤ ਨੂੰ ਲੱਗਦੇ ਨੇ ਗਾ ਫਸਲਾਂ ਹੋ ਗਈ ਮੋੜ ਦੇ ਅੱਧ ਪਚੱਦੇ ਉਹ ਕਹਿੰਦੀ 2 ਫਸਲਾਂ ਲੰਘ ਗਈਆਂ ਹਾਂ ਫਸਲਾਂ ਲੰਘ ਗਿਆ ਫਸਲਾਂ 'ਚ ਕਰਜ਼ੀ ਉਤਰਾ ਮੈਂ ਤਾਂ ਦੱਸ ਮੈਂ ਕੀ ਕਰਾਂ ਹੁਣ ਮੈਂ ਹੈ ਮੂਰੇ ਫਸਲ ਆਉਗੀ ਫਸਲ 'ਚ ਮੋੜ ਦਾਂਗੇ ਉਹਨੂੰ ਸਾਰੀ ਰਿਸ਼ਤੇਦਾਰੀ 'ਚੋਂ ਜਮੇਰ ਸੂ ਨਾਲ ਤੁਰਨ ਵਾਲਾ ਆ ਹੋਰ ਕੋ ਬੰਦਾ ਨਹੀਂ ਆਪਣੇ ਲਵੇ ਹਾਂ ਉਹ ਵੀ ਜੇ ਹੱਥੋਂ ਨਿਕਲ ਗਿਆ ਫਿਰ ਦੇਖੀ ਜਾਈ ਆਹ ਜਿਵੇਂ ਮਰਜ਼ੀ ਕਰ ਰੁਪਈਆ ਵੀ ਥੋੜਾ ਨੀ ਆ ਹਰਮਨ ਨੂੰ ਕਰ ਫੋਨ ਅੱਗੇ ਤਾਂ ਕਹਿੰਦੇ ਸੀ ਅਪੀਲ ਪੂਲ ਜੇ ਕੋ ਕਰ ਦੇਣੀ ਆ ਥੋੜੇ ਬਹੁਤੇ ਹੋਰ ਦੇਊਂਗਾ ਪੰਮੀ ਨੂੰ ਦਈਏ ਵਿੱਚੋਂ ਫਾਹਾ ਵੱਢੀਏ ਕੋ ਰਿਸ਼ਤੇਦਾਰੀ ਤਾਂ ਮਿਲਣ ਵਰਤਣ ਵਾਲੀ ਰਹਿ ਜੂਗੀ ਸਾਡੇ ਇਹਨੂੰ ਮਾੜਾ ਮੋਟਾ ਇਹਨੂੰ ਕਿਹਨੂੰ ਕੰਮ ਧੰਦੇ ਲਾ ਦਿਆ ਕਰ ਹੈ ਇਹਨੂੰ ਕਹਿੰਦੇ ਮਾੜਾ ਮੋਟਾ ਕਦੇ ਲੱਗ ਜਾ ਕਦੇ ਨਾ ਕਦੇ ਵਗ ਜਾ ਕਰ ਉੱਥੇ ਜਿੱਥੇ ਲੱਗਿਆ ਹੋਇਆ ਤੂੰ ਅੱਗ ਵਜਾਉਣ ਯੰਤਰ 'ਚ ਤੂੰ ਹੀ ਕਰ ਲਾ ਭਾਈ ਗੱਲ ਨਾ ਆ ਰਿਹਾ ਉਹ ਤਾਂ ਮੈਂ ਨਹੀਂ ਕਰ ਰਿਹਾ ਨਾਲੇ ਹੋਰ ਮੈਨੂੰ ਤਾਂ ਮੈਨੂੰ ਲੱਗਦਾ ਸਰੂਪ ਦੀ ਗੱਲ ਕਿਤੇ ਜਮਾ ਸੱਚੀ ਨਾ ਹੋਵੇ ਤੂੰ ਲੱਗ ਜਾ ਸਰੂਪ ਮਗਰ ਸਰੂਪ ਨੇ ਸਾਡੇ ਘਰ 'ਚ ਪ੍ਰਸਾਦ ਪਾ ਰੱਖਿਆ ਸਰੂਪ ਦੀ ਗੱਲ ਸੱਚੀ ਹੋਊਗੀ ਜਿਹੜਾ ਜਾਂਦਾ ਨਹੀਂ ਉੱਥੇ ਇਹ ਟਾਲ ਮਟਾਲੇ ਕਰੀ ਜਾਂਦਾ ਕਾਹਨੂੰ ਮਾੜੀ ਭਾਖਿਆ ਮੂੰਹ 'ਚੋਂ ਕੱਢਦਾ ਕਾਹਨੂੰ ਮਾੜੀ ਭਾਖਿਆ ਮੂੰਹ 'ਚੋਂ ਕੱਢਦਾ ਮੈਨੂੰ ਮੇਰੇ ਸਤਿਗੁਰ ਨਰਾਲੇ ਬਾਬੇ ਤੇ ਪੂਰਾ ਵਿਸ਼ਵਾਸ ਵਾ ਲੈ ਜਾ ਇੱਥੇ ਬਾਟਾ ਚੋਦੀ ਬਣਿਆ ਨਰਾਲੇ ਬਾਬੇ ਦੀ ਕੀ ਕਰਦਾ ਉਹ ਤੈਨੂੰ ਕਿਹ ਨਾ ਰਿਹਾ ਮੇਰੇ ਸਾਲੇ ਨਾਲ ਪੱਲੇ ਦਾ ਇਹਦੇ ਨਾਲ ਦੋ ਹੱਥ ਕਰਨੇ ਪੈਗੇ ਜਵਾਬ ਦੇਣ ਨਾਲ ਅੱਜ ਕੰਜਰ ਦਾ ਦੇਣ ਲੈਣ ਗੋਡੇ ਗੋਡੇ ਚੜਿਆ ਪਿਆ ਤੜਕੀ ਮੇਰਾ ਸਾਲਾ ਸੁਰੱਖਿਆ ਬਿੰਦੀਆਂ ਲੈ ਕੇ ਨਿਕਲ ਜਾਂਦਾ ਇਹ ਪਤਾ ਨਹੀਂ ਕੰਜਦੇ ਇਹੋ ਜਿਹਾ ਕਿਹੜਾ ਇੱਥੇ ਕੰਮ ਤੋਰ ਰੱਖਿਆ ਨੇ ਚੰਗੀ ਤਰ੍ਹਾਂ ਗੱਲ ਕਰੀ ਹਾਂ ਕਰੀ ਦੀ ਭਾਈ ਜਵਾਨ ਪੁੱਤ ਹੈ ਤਾਂ ਮੈਂ ਇਹਨੂੰ ਦੇਖਾਂ ਚੱਟ ਦੇ ਨਾਲ ਹਾਏ ਮੈਂ ਵੀ ਉੱਠਾਂ ਮੇਰੇ ਤਾਂ ਗੋਡਿਆਂ ਨੇ ਵਾਲਾ ਕੰਮ ਖਰਾਬ ਕਰ ਰੱਖਿਆ ਗੋਡੇ ਅੱਗ ਲੱਗਣੇ ਪਤਾ ਨਹੀਂ ਸ਼ਰਮ ਲਾ ਰੱਖਿਆ ਮੇਰੇ ਸਾਲਿਆਂ ਨੇ ਮਾੜੀ ਮੋਟੀ ਸੰਗ ਸ਼ਰਮ ਹੈਗੀ ਕਿ ਹੈਣੀ ਕੀ ਵੇਚ ਕੇ ਖਾ ਗਿਆ ਤੂੰ ਹੈ ਹੋ ਗਿਆ ਹੁਣ ਇਹ ਕੀ ਕਿੱਧਰ ਚੱਕਿਆ ਬੂਥਾ ਤੜਕੀ ਪਾ ਲਾ ਕਰੋ ਪੈਂਟਾਂ ਸ਼ਰਟਾਂ
ਬੇਟਾ ਪੈਸੇ ਤਾਂ ਲੈ ਜਾ, ਮੈਂ ਤੈਨੂੰ ਐਂ ਕਹਿਣਾ ਵੀ ਆਪਾਂ ਪੰਜੀ ਨੀ ਕਟਾਉਣੀ, ਆਪਾਂ ਦੇ ਕਰਜ਼ਾ ਉਤਾਰਨਾ ਸਾਰਿਆਂ ਦਾ। ਕੋਈ ਨਾ, ਨਹੀਂ ਕਹਿੰਦਾ ਫਿਰ, ਮੈਂ ਨਹੀਂ ਉਹਨਾਂ ਨੂੰ ਕਹਿੰਦਾ ਵੀ ਕੋਈ ਨਾ ਜੀ ਸਾਡੇ ਸਾਰੇ ਦੇ ਦਿਆ ਕਰੂੰ, ਐਂ ਕਹਿਰਾ ਕਹਿ ਕੇ ਦੇਖ ਲੂੰਗਾ। ਐਂ ਕਹਿ ਦੀ ਜੇ ਨਾ ਮੰਨੇ ਕਿ ਮੇਰਾ ਪਾਪਾ ਨੀ ਮੰਨਦਾ ਕਰੇ। ਕੋਈ ਨਾ, ਹੈਂ ਚੰਗਾ, ਤੂੰ ਮੈਨੂੰ 2000 ਰੁਪਇਆ ਦੇ ਦੇ, ਮੈਂ ਜਾਣਾ। ਉਹ ਤਾਂ ਲੈ ਜਾ ਵੀ ਚੋਦਾ ਰਾ ਹੈ। ਓਏ ਓਏ ਓ ਮੁੰਡਿਆ, ਕੀ ਆ? ਮੈਂ ਕਹਿਣਾ ਤੈਨੂੰ, ਹਾਂ ਮੈਂ ਕਿਹਾ ਉਹਨੂੰ ਕੰਜਰ ਨੂੰ ਬੁਲਾ ਲੈ, ਲਾਮਾ ਰਾਮ ਸਰੂਪ ਨੂੰ ਦਿਖਾ ਦੇਣਾ ਵੀ ਮੁੰਡਾ ਨੌਕਰੀ ਜਾਂਦਾ ਦੇਖ ਲਾ ਓਏ। ਤੂੰ ਦੇ ਕਹੇ ਤੇ 20 ਬੰਦੇ ਦੀ ਵੀ ਮੁੰਡਾ ਨੌਕਰੀ ਦੀ ਨਹੀਂ ਹੈਗਾ, ਨੌਕਰੀ ਦੀ ਨਹੀਂ ਹੈਗਾ। ਤੂੰ ਇਹ ਫਾਨੇ ਛੇੜਦਾ ਹੁੰਦਾ ਬਾਪੇ, ਤੈਨੂੰ ਕਿੰਨੇ ਵਾਰੀ ਕਿਹਾ ਵੀ ਨਾ ਉਹਨਾਂ ਨਾਲ ਗੱਲਾਂ ਕਰਿਆ ਕਰ, ਰਾਮ ਸਰੂਪ ਰਾਮ ਕਰੇ ਲੜਾਈ ਪਵਾਉਂਦਾ। ਬੇਟਾ ਮੈਂ ਘਰ ਬਸ ਰਹੂਗਾ, ਮੈਨੂੰ ਐਂ ਸੀ ਮੈਂ ਤਾਂ ਠੰਡੇ ਪੋਚੇ ਮਾਰਦਾ ਸੀ। ਪਾਪੇ ਕੋਈ ਲੋੜ ਨੀ ਠੰਡੇ ਪੋਚੇ ਮਾਰਨ ਦੀ, ਆਪਦਾ ਨਿਬੜ ਲਾਂਗੇ ਆਪਾਂ ਤਾਂ ਉਹਨਾਂ ਨਾਲ, ਮੈਂ ਤਲਾਕ ਦੇਊਂਗਾ। ਕਾਹਨੂੰ ਤਲਾਕ ਦੇਣਾ ਆਪਾਂ? ਮੈਨੂੰ ਕੋਈ ਲੋੜ ਨੀ, ਬਥੇਰੀਆਂ ਫਿਰਦੀਆਂ ਨੇ ਮਗਰ ਮਗਰ ਮੇਰੇ। ਦੇਖ ਮੇਰੀ ਗੱਲ ਸੁਣ ਬੇਟਾ, ਉਹਦੇ ਕਰਮਾਂ ਦੀ ਨੌਕਰੀ ਮਿਲੀ ਹੈ ਤੈਨੂੰ, ਹੈ ਆਪਾਂ ਉਸ ਨੂੰ ਲੈ ਕੇ। ਕੋਈ ਕਰਮ ਕੁਰਮ ਨਹੀਂ ਹੁੰਦੇ ਬਾਪੂ ਯਾਰ, ਤੂੰ ਉਹਨਾਂ ਦੇ ਨਾਲ ਮੇਰੇ ਲਵੇ ਗੱਲ ਜੀ ਛੇੜਿਆ ਕਰ, ਉਹੀ ਪੰਗੇ ਛੇੜੀ ਜਾਣਾ। ਰਾਮ ਸਰੂਪ ਨੂੰ ਬੁਲਾ ਲਾਂਗੇ, ਧਾਣਾ ਕਢਾਉਣੀਆਂ ਨੇ ਉਹ ਤੋਂ। ਬਲੱਡ ਨਾ ਵਧਾਇਆ ਕਰ ਪੁੱਤ, ਬਲੱਡ ਹੌਲੀ ਬੋਲ। ਬਸ ਤੂੰ ਬਾਪੇ ਯਾਰ, ਰਾਮ ਰੂਮ ਸਰੂਪ ਦੀ ਗੱਲ ਜੀ ਜੀ ਕਰਿਆ ਕਰ ਪੁੱਤ, ਤੂੰ ਅਫਸਰ ਲੱਗ ਗਿਆ ਹੁਣ। ਅਫਸਰ ਤਾਂ ਲੱਗ ਗਿਆ ਮੇਰੇ ਲਈ, ਇਹ ਬੰਦਿਆਂ ਦੀ ਗੱਲ ਨਾ ਕਰਿਆ ਕਰ, ਇੱਕ ਰਾਮ ਸਰੂਪ ਦੀ, ਇੱਕ ਉਹ ਮੇਰੇ ਸਾਲੇ ਸਾਲੇ ਜੇ ਦੀ, ਇੱਕ ਉਹਦੀ। ਚੰਗਾ ਚੰਗਾ, ਨਹੀਂ ਨਹੀਂ ਕਰਦਾ। ਓ ਕਾਰ ਕਿਉਂ ਨਹੀਂ ਲੈਣ ਆਉਂਦੀ ਤੈਨੂੰ? ਕਾਰ ਹਜੇ ਨਹੀਂ ਆਉਂਦੀ, ਹਜੇ ਤਾਂ ਜਦੋਂ ਉੱਥੇ ਵੈਰੀਫਿਕੇਸ਼ਨ ਹੋ ਗਈ ਉਦੋਂ ਬਾਅਦ ਗੱਡੀ ਦੇਣਗੇ। ਉਹ ਮਿਲੂਗੀ ਤੇ ਲਾਲ ਬੱਤੀ ਜੀ, ਮਿਲੂ ਕਾਰ ਤੇ? ਮਿਲੂਗੀ, ਹੈ ਮਿਲੂਗੀ। ਅੱਛਾ ਨਾ ਦੇ ਪੈਸੇ ਦੇ, ਐਂ ਹੁੰਦਾ ਨਾ ਖਬਰਾਂ ਕਿੰਨੇ ਕੁ ਨੌਕਰੀ ਮੁਲਾਜ਼ਮ ਲੱਗੇ ਹੋਣਗੇ, ਬੱਤੀਆਂ ਬੁੱਤੀਆਂ ਇਕੱਠੀਆਂ ਮੁਆਉਂਦੇ ਹੋਣਗੇ ਹੈ ਨਾ, ਟਰਾਲੀ ਭਰ ਕੇ। ਹਾਂ ਬਾਹਰੋਂ ਤਿਆਰ ਕਰਾਉਂਦੇ ਨੇ ਬੱਤੀਆਂ। ਕਿੱਥੋਂ ਕਰਾਉਂਦੇ ਨੇ ਉਹ? ਦਿੱਲੀ ਤੋਂ ਕਰਾਉਂਦੇ ਨੇ ਯਾਰ, ਵੱਡੀ ਫੈਕਟਰੀ ਤਿਆਰ ਕਰਾਉਂਦੇ ਹੋਣੇ ਨਾ, ਜਿਵੇਂ ਟਰਾਲੀਆਂ ਤਿਆਰ ਹੁੰਦੇ ਨੇ ਜਸਵੰਤ ਵਾਲੇ ਕਰਦੇ ਨੇ। ਹੋਰ ਯਾਰ ਆਈ ਹੁੰਦੀਆਂ ਨੇ ਯਾਰ, ਲੈ ਪੈਸੇ ਦੇ ਤੂੰ ਯਾਰ। ਹੋਰ ਲੇਟ ਹੋ ਜੂ, ਮੈਂ ਉੱਥੇ ਹਾਜ਼ਰੀ ਪਾ ਦਿੰਦੇ ਨੇ ਉਹ। ਹੋਰ ਲੇਟ ਨਾ, ਪਿੰਡੀ ਵਾਲੇ ਕੇਸਰ ਦੀ ਉਹਦੀ ਪਾ ਦਿੰਦੇ ਨੇ, ਇੱਕ ਦਿਨ ਉਹਨਾਂ ਨੇ ਉਹ ਲਾਦੀ ਉਹਦੀ। ਰੋਟੀ ਤਾਂ ਲੈ ਜਾ ਬਣਾ ਕੇ। ਰੋਟੀ ਰੋਟੀ ਤਾਂ ਮੈਂ ਕੇਸਰ ਲਵੀ ਖਾ ਲੂੰ, ਹੈਂ ਕੇਸਰ ਲਵੀ ਖਾ ਲੂੰ ਰੋਟੀ ਤਾਂ ਮੈਂ। ਉਹਦੀ ਉੱਤੇ ਗੈਰ ਹਾਜ਼ਰੀ ਪਾ ਦੀ ਵਿਚਾਰੇ ਦੀ, ਇਹਦੀ ਕੇਸਰ ਦੀ ਪਿੰਡੀ ਵਾਲੇ ਦੀ। ਅੱਛਾ ਹਾਂ, ਮਗਰੋਂ ਫਿਰ ਮੈਂ ਕਿਹਾ ਵੱਡੇ ਸਾਹਿਬ ਨੂੰ, ਮਹਾਂ ਜੀ ਐਂ ਨਾ ਕਰੋ। ਲੈ ਇੱਕ ਦੋ, ਇਹ ਤਾਂ ਇੱਕੋ ਹੀ ਆ, 1500 ਹੋਇਆ ਤਾਂ। ਦੋ 1500 ਬਹੁਤ ਹੈ? ਚਲ ਬਹੁਤ ਆ, ਬਹੁਤ ਹੈ। ਉਹ ਐਂ ਕਰੀ ਬੇਟਾ, ਲੱਡੂ ਲੁੱਡੂ ਲੈ ਜਾਈ, ਇੱਥੇ ਬਰਫੀ ਲੈ ਜਾਈ, ਜੇ ਪਹਿਲੇ ਦਿਨ ਆ ਜਾਵੇਗਾ। ਮੈਂ ਦਿਆਸ ਨਹੀਂ ਜਾਂਦਾ, ਮੈਂ 10ਵੀਂ ਤੇ ਹੈਂ ਬਰਫੀ ਲੈ ਜਾਈ। ਖਵਾ ਦੀ ਸਾਰਿਆਂ ਨੂੰ? ਕੋਈ ਨਾ ਖਵਾ ਦੂੰਗਾ, ਹੈਂ ਨਾਲੇ ਐਂ ਕਰੀ ਆਉਂਦਾ ਹੈ 10 ਕਿਲੋ ਬਦਾਨਾ ਭੁਜਿਆ ਫਾਲੀ ਉਹਨੇ ਪਿੰਡ 'ਚ ਵੰਡ ਦਾਂਗੇ। ਕਾਹ ਤੋਂ? ਨੌਕਰੀ ਲੱਗਿਆ ਪੁੱਤ। ਉਹ ਜੀ ਤਾਂ ਵੈਰੀਫਿਕੇਸ਼ਨਾਂ ਕਰਾਈ ਜਾਂਦੇ ਨੇ ਬਾਪੇ ਯਾਰ, ਜੇ ਨਹੀਂ ਯਕੀਨ ਉਹਨੂੰ ਪੁੱਛ ਲਾ ਯਾਰ ਕੇਸਰ ਨੂੰ।
रोटी लेके आवा मैं दोपहरे सैलर च नहीं जाता बाबे मैं नौकरी होर जवाक जा नजर लग जांदी मां प्यो दी जिथे मेरे साल दा इन्ना कर्जा चढ़ गया तेरे कदे लंगोट नाल तां हाला चढ़ जे कदे लै जी जद मैं कर मिठे चौल बना नाल तां है मैं इन्ने महा मड़ी मुड़ी करा साफ जाके बाबे दी चल ठीक बाबा नाल तुरूगा बड़ा मोटा जप नाम हाय 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 आई ता मेरे साल भी खुश होई फिरदी है नी ओ वाशे वाला लंग मथले अज सिमरन चंगा फिर भेज दो हिंदुस्तान का पक्खा है चल चंगा फिर जाना मैं तो भैन का छाजली आला प्रौना नहीं लगता वो बच्ची चौदा है कि करता उ पैदा कुड़ी जी भी ओही लगती है ये कुड़ी चौदे की करते ने उरे देख ला मेरे सड़े का आ मनाउंदा फिरदा स्वीट फैमिली हले मेरे साल दा कप्पा ते फोटो ला ला भेज इहदा लक्षण मेरे साले दे माड़ी ने देख ले पैदा खास मना हले कहंदे ही कुड़ी नहीं बसाड़ू मैं कलाबा बसाड़ूगा ये कुड़ी कानू भाई कुड़ी दा ता जाऊ देखी संधारा भैं दा कुत्ती यार साडे वाली दा हले पूरा नहीं मनता है गया खर्चा बैड़ियो बनाऊं दे मैं भैं दे बकला भाई कदा जवाक दे पता नहीं केड़ा लाओक जा लांदे ने दा बब्बू मैनू माफ कर तेरी कोई गलती नहीं सारी मेरी गलती सी यार गल तो सुन ला यार मेरी गल तो सुन ला यार एक बार यार मेरा की गल सुना तेरी यार मेरा कसूर किया यार देखे यार तेरी मम्मी भी आई कहेगी यार मैंने एक बार मौका तो दे यार बोलने का तो मेरी तो सुनती नहीं मेरा कसूर है सारा जड़िया मैं तेरी झूठियां गल्लां च आ गई तू अपने घरे खुश मैं अपने घरे खुश यार ऐ गलू कर दिया यार देखे यार मेरा कोई कसूर नहीं है यार एदा यार मेरे पापे दे बीबी ने करता यार बब्बू क्यों तू मेरा बदनामी करन ते तुलिया होया तेनू पता सारे लोग देखी जांदे ने ਅੱਗੇ ਘੱਟ ਕਸਰ ਹੈਗੀ ਜੋ ਹੁਣ ਪੂਰੀ ਕਰਨ ਲੱਗਿਆ ਯਾਰ ਮੇਰੀ ਗੱਲ ਤਾਂ ਸੁਣ ਲੈ ਯਾਰ ਇੱਕ ਯਾਰ ਤੂੰ ਤਾਂ ਯਾਰ ਮੈਨੂੰ ਬੋਲਣ ਦਾ ਮੌਕਾ ਤਾਂ ਦੇ ਦੇ ਯਾਰ ਮੈਂ ਕੁਝ ਨਹੀਂ ਸੁਣਨਾ ਬੱਬੂ ਮੈਂ ਕਹਿਤਾ ਨਾ ਮੈਨੂੰ ਬਖਸ਼ ਦੇ ਮੇਰੀ ਗਲਤੀ ਸੀ ਤੇਰਾ ਕੋਈ ਕਸੂਰ ਨਹੀਂ ਹੈਗਾ ਤੈਨੂੰ ਤਾਂ ਪਤਾ ਨਹੀਂ ਮੇਰੇ ਤੇ ਕੀ ਬੀਤਦੀ ਪਈ ਆ ਹੁਣ ਤੂੰ ਆ ਗਿਆ ਮੇਰਾ ਹਾਲ ਪੁੱਛਣ ਉਹ ਯਾਰ ਮੈਂ ਗਿਆ ਸੀ ਯਾਰ ਹਸਪੀਟਲ ਵੀ ਯਾਰ ਉੱਥੇ ਤੇਰੀ ਮੰਮੀ ਨੇ ਮੋੜਤਾ ਯਾਰ ਮੈਨੂੰ ਉਹ ਬਸ ਕਰ ਬਹੁਤ ਹੋ ਗਿਆ ਹੁਣ ਯਾਰ ਮੇਰੀ ਤਾਂ ਮੰਨਦੀ ਨਹੀਂ ਹੈਗੀ ਯਾਰ ਚਲ ਯਾਰ ਮੈਂ ਗਲਤ ਹੈ ਯਾਰ ਮੇਰੇ ਪਲੀਜ਼ ਯਾਰ ਇੱਕ ਮੌਕਾ ਦੇ ਦੇ ਯਾਰ ਅੱਗੇ ਤੋਂ ਯਾਰ ਇਦਾਂ ਦਾ ਕੁਝ ਨਹੀਂ ਹੋਊਗਾ ਯਾਰ ਬੱਬੂ ਮੇਰੀ ਗੱਲ ਸੁਣ ਤੇਰਾ ਕੋਈ ਕਸੂਰ ਨਹੀਂ ਠੀਕ ਆ ਤੂੰ ਆਪਣੇ ਰਾਹ ਮੈਂ ਆਪਣੇ ਰਾਹ ਓ ਯਾਰ ਕਿਉਂ ਯਾਰ ਉਰੇ ਜਲੂਸ ਕੱਢੀ ਜਾਂਦੀ ਯਾਰ ਮੈਂ ਤੇਰੇ ਨਾਲ ਬਹੁਤ ਗੱਲਾਂ ਕਰਨੀਆਂ ਨੇ ਯਾਰ ਤੂੰ ਗੱਲ ਤਾਂ ਮੰਨ ਲੈ ਮੇਰੀ ਯਾਰ ਬੱਬੂ ਮੈਂ ਜਲੂਸ ਕੱਢ ਰਹੀ ਆ ਜਲੂਸ ਤਾਂ ਤੂੰ ਕੱਢਿਆ ਪਿਆ ਮੇਰਾ ਯਾਰ ਮੇਰੀ ਗੱਲ ਸੁਣ ਆਪਾਂ ਬਹਿ ਕੇ ਗੱਲ ਕਰਦੇ ਆ ਕਿਤੇ ਯਾਰ ਮੈਨੂੰ ਪਤਾ ਤੂੰ ਗੁੱਸੇ ਆ ਮੇਰੇ ਨਾਲ ਠੀਕ ਆ ਯਾਰ ਇੱਕ ਵਾਰ ਬਹਿ ਕੇ ਗੱਲ ਕਰ ਲੈ ਯਾਰ ਠੀਕ ਆ ਕਿਤੇ ਸੈਪਰੇਟ ਬੈਠ ਕੇ ਗੱਲ ਕਰ ਯਾਰ ਉੱਥੇ ਬਹਿਨੇ ਆਪਾਂ ਕਿੱਥੇ ਆ ਜਾ ਮੋਟਰਸਾਈਕਲ ਲਿਆਉਣਾ ਮੈਂ
ਆਮ ਦਾ ਪਿਆਲਾ ਜਿਹਨੇ ਪੀਤਾ ਸਵਰਗਾਂ ਦਾ ਵਾਸੀ ਹੋ ਗਿਆ। ਜਪ ਨਾਮ ਏਕ ਰੂਪ ਅਨੇਕ ਸਰੂਪ, ਹਰੇਕ ਰੂਪ ਮੈਂ ਤੇਰਾ ਹੀ ਰੂਪ, ਤੇਰਾ ਹੀ ਰੂਪ, ਤੇਰਾ ਹੀ ਰੂਪ। ਜਪ ਨਾਮ, ਜਪ ਨਾਮ, ਜਪ ਨਾਮ। ਚੱਲ ਨਾਲ ਆ, ਫਿਰ ਜਾਂਦੀ ਪਿੰਡ। ਲੈ ਬੱਗੜਾ। ਜਪ ਨਾਮ ਚਾਚੀ। ਜਪ ਨਾਮ। ਤੂੰ ਕਿੱਧਰ ਦੁਪਹਿਰੋ ਦੁਪਹਿਰੀ ਤੁਰਿਆ ਆ? ਪਤਾਸੇ ਲੈਣ ਜਾਣਾ ਸੀ, ਨਾਲੇ ਡਾਕਟਰ ਕੋਲ ਜਾਣਾ ਸੀ। ਪਤਾਸੇ ਕਿਵੇਂ ਚਾਚੀ? ਆ ਜਾ ਦੱਸਦੀ ਆ, ਪਾਰਟੀ ਹੋਈ ਹੋਵਾ। ਪਾਰਟੀ? ਚੱਲ ਵਧੀਆ ਚਾਚੀ। ਹੋਰ ਆ ਮੰਜਾ ਡਾ, ਮੇਰਾ ਤਾਂ ਮੋਢਾ ਦੁਖਦਾ। ਹੋਰ ਭਾਈ ਕਿਰਪਾ ਹੋ ਗਈ ਨਿਰਾਲੇ ਬਾਬੇ ਦੀ। ਬਹਿ ਜਾ, ਲੈ ਬੈਠ। ਬੱਬੂ ਨੌਕਰੀ 'ਤੇ ਅੱਜ ਵੱਗ ਗਿਆ ਪਹਿਲਾਂ ਦਿਨ ਆ। ਆ ਮੈਂ ਤਾਂ ਨਹਾ ਕੇ ਡਾਕਟਰ ਲਵੇ ਚੱਲੀ ਸੀ, ਗੋਡੇ ਚਾਹੀਦਾ ਉਹਦੇ ਆ, ਨਾਲੇ ਮੈਂ ਕਿਹਾ ਪਤਾਸੇ ਲੈ ਆਵਾਂ। ਤੇਰਾ ਚਾਚਾ ਕਹਿੰਦਾ ਆ ਮੜੀ ਵਾਲੇ ਬਾਬੇ ਦੀ ਕੜਾਹ ਹੀ ਲਾਉਣੀ ਆ। ਲੈ ਜਪ ਨਾਮ ਚਾਚੀ, ਦੇਖ ਲੈ ਹੋਊਗੀ ਨਾ ਕਿਰਪਾ। ਫਾੜੀ ਤਾਂ ਇਕੱਲੀ ਨੇ ਲੈਤੀ ਦੀ, ਤਾਰਤਾ ਨਾ ਸਾਰਾ ਟੱਬਰ। ਤਾਰਤਾ? ਹਾਂ ਤਾਰਤਾ। ਅੱਛਾ ਤੂੰ ਦੱਸ, ਜੱਸੀ ਆ ਗਈ? ਜੱਸੀ ਕਿੱਥੇ ਆ ਗਈ ਚਾਚੀ, ਜੱਸੀ ਦੀ ਤਾਂ 3 ਮਹੀਨੇ ਡਿਊਟੀ ਕਹਿੰਦੇ ਹੋਰ ਵਧਾਤੀ। ਹੈਂ, ਤੂੰ ਤਾਂ ਕਹਿੰਦਾ ਸੀ ਉਹ ਬੁੜੀਆਂ ਵਾਲੇ ਹਾਲ ਹੈ, ਉਹਨੂੰ ਦਿਨ ਟੱਪ ਰਹੇ ਨੇ, ਫਿਰ ਲੈ ਆਉਂਦਾ ਕੁਛ ਸਕੈਨ ਸਕੂਨ ਕਰਾ ਲੈਂਦਾ ਉਹਦੀ। ਓਹੋ ਚਾਚੀ, ਦਿਨ ਤਾਂ ਟੱਪ ਗਏ, ਸੁੱਖ ਨਾਲ ਮਹੀਨਾ ਵੀ 5ਵਾਂ ਹੈ। ਬਾਬਾ ਜੀ ਮੋਹ ਹੀ ਬਾਲਾ ਕਰਦੇ ਨੇ, ਆਉਣ ਹੀ ਨਹੀਂ ਦਿੰਦੇ। ਉਹ ਤਾਂ 24 ਘੰਟੇ ਬਾਬਾ ਜੀ ਨਾਲ ਗੁਫਾ 'ਚ ਹੀ ਰਹਿੰਦੀ ਹੈ। ਲੈ ਕਰਮ ਚੰਗੇ ਲਗਾ ਕੇ ਆਈ ਆ। ਕੀ ਗੱਲ ਹੈ, ਬਾਬਾ ਜੀ ਦੀਆਂ ਅੱਖਾਂ ਸਕੈਨ ਤੋਂ ਉੱਤੋਂ ਦੀ ਨੇ, ਆਂਤੜੀ ਆਂਤੜੀ ਫਰੋਲ ਦਿੰਦੇ ਨੇ ਬਾਬਾ ਜੀ। ਇਹ ਤਾਂ ਗੱਲ ਤੇਰੀ ਠੀਕ ਹੈ। ਆ ਗੁਫਾ ਦੇ ਇੱਧਰਲੇ ਪਾਸੇ ਲਵੇ ਜਿਹੇ ਉਹ ਬੈਠੀਆਂ ਨਹੀਂ ਹੁੰਦੀਆਂ ਬੀਬੀਆਂ ਸੇਵਾ 'ਤੇ, ਉਹਨਾਂ ਕੋਲ ਲਿਖਿਆ ਦੇਣਾ ਸੀ ਵੀ ਆਹ ਬੁੜੀਆਂ ਵਾਲੇ ਹਾਲ ਆ, ਉਹ ਘਰ ਨੂੰ ਭੇਜ ਦਿੰਦੇ। ਆਪਾਂ ਘਰੇ ਕੀ ਕਰਾਉਣਾ ਚਾਚੀ, ਹੈਂ ਆਪਣੀ ਤਾਂ ਕਿਸਮਤ ਖੁੱਲ ਗਈ। ਉਹ ਤੂੰ ਦੇਖ ਲੈ ਜਿੱਥੇ ਪਹਿਲਾਂ ਬਬੀਤਾ ਭੈਣ ਜੀ ਦੀ ਡਿਊਟੀ ਦੀ ਹੈ, ਹਾਂ 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 ਹਾਂ, ਉਹ ਬਾਗੀ ਹੋ ਗਈ, ਉਹ ਕਿਸੇ ਦੀਆਂ ਉਂਗਲਾਂ ਉਂਗਲਾਂ 'ਤੇ ਚੜ ਗਈ। ਅੱਛਾ, ਉਹੀ ਮੌਕਾ ਜੱਸੀ ਨੂੰ ਮਿਲ ਗਿਆ, ਆਪਾਂ ਕਰ ਗਏ ਚਾਚੀ। ਆ ਤਾਂ ਬਾਲੀ ਵਧੀਆ ਗੱਲ, ਉੱਥੇ ਬਥੇਰੀ ਦੇਖਭਾਲ ਹੈ, ਭੈਣਾਂ ਹੈਗੀਆਂ ਹੋਰ ਦੇਖਭਾਲ, ਬਾਬਾ ਜੀ ਆਪ ਦੇਖਭਾਲ ਕਰਦੇ ਨੇ, 12-12 ਘੰਟਿਆਂ ਬਾਅਦ ਤਾਂ ਚਾਚੀ ਆਪ ਚੈੱਕ ਕਰਦੇ ਨੇ ਬਾਬਾ ਜੀ। ਚੱਲ ਆ ਤਾਂ ਵਧੀਆ ਕਰੇ। ਅੱਛਾ ਇੱਕ ਗੱਲ ਹੋਰ, ਐਤਕੀ ਦੇਖੀ ਜੱਸੀ ਦੇ ਹੋਊਗੇ ਵੀ ਜੋੜੇ? ਹੋਰ ਚਾਚੀ, ਜਿਹੜੇ ਹਿਸਾਬ ਨਾਲ ਉਹਦੇ ਮੁੱਖ ਤੇ ਨੂਰ ਹੈ ਨਾ, ਪੱਕਾ ਜੋੜੀ ਹੋਣਗੇ। ਫੋਨ ਤੇ ਖਬਰਸਾਰ ਪੁੱਛ ਲਿਆ ਕਰ ਉਹਦੀ। ਚਾਚੀ ਕਰਿਆ ਦੀ ਮੈਂ ਫੋਨ, ਅੱਛਾ ਕਿਸੇ ਹੋਰ ਭੈਣ ਨੇ ਚੱਕਿਆ ਦੀ, ਮੈਨੂੰ ਕਹਿੰਦੀ ਉਹ ਤਾਂ ਬਾਬਾ ਜੀ ਨਾਲ ਗੁਫਾ 'ਚ ਹੈ। ਅੱਛਾ, ਮੈਂ ਕਿਹਾ ਧੰਨ ਹੋ ਗਿਆ ਸੀ ਤਾਂ, ਮੈਂ ਕਿਹਾ ਗੱਲ ਕਰਾਉਣ ਦੀ ਵੀ ਲੋੜ ਨਹੀਂ, ਬਸ ਆਹੀ ਚਾਹੀਦਾ ਜੀ ਸੰਤਾ। ਅੱਛਾ ਬਾਬੇ ਲਵੇ ਰਹਿੰਦੀ ਹੁਣ? ਹਾਂ ਬਾਬਾ ਜੀ ਕੋਲੇ ਰਹਿੰਦੀ ਹੈ। ਚੱਲ ਬਹੁਤ ਵਧੀਆ। ਮੈਂ ਸੁਣਿਆ ਸੀ ਬੱਬੂ ਦਾ ਕੋਈ ਰੌਲਾ ਰੱਪਾ ਜਿਹਾ ਹੋ ਗਿਆ। ਬੱਬੂ ਕਾਹਨੂੰ? ਚਾਚੀ ਦੇਖ ਲੈ, ਮਰਜ਼ੀ ਹੈ ਤੇਰੀ, ਤੂੰ ਆਪ ਨਹੀਂ ਕੋਈ ਗੱਲ ਦੱਸਦੀ, ਮੈਂ ਸਾਰੀਆਂ ਢਿੱਡ ਦੀਆਂ ਗੱਲਾਂ ਤੇਰੇ ਕੋਲੇ ਕਰਕੇ ਜਾਂਦਾ, ਮੈਂ ਸੱਤ ਸੰਗੀ ਭਾਈਆਂ ਤੇਰਾ, ਤੂੰ ਗੱਲ ਨਹੀਂ ਦੱਸਦੀ ਚਾਚੀ। ਉਹ ਕਾਹਨੂੰ, ਲੋਕ ਤਾਂ ਊਈਂ ਭੌਂਕਦੇ ਨੇ, ਬੱਬੂ ਨੂੰ ਤਾਂ ਕਹਿੰਦੇ ਸੀ ਲੋਕ ਨੌਕਰੀ ਵੀ ਨਹੀਂ ਮਿਲੀ, ਅੱਜ ਵੱਗ ਗਿਆ ਨਾ, ਤੈਨੂੰ ਦੱਸਦੀ ਨਾ ਢਿੱਡ ਦੀ ਗੱਲ, ਅੱਜ ਪਹਿਲੇ ਦਿਨ ਮੇਰਾ ਪੁੱਤ ਨੌਕਰੀ 'ਤੇ ਗਿਆ। ਚਾਚੀ ਦੇਖ ਲੈ, ਜੇ ਕੋਈ ਗੱਲ ਹੈਗੀ ਆ ਤਾਂ ਦੱਸ ਦੇ, ਜੇ ਕੋਈ ਐਸੀ ਵੈਸੀ ਗੱਲ ਹੋ ਜਾਂਦੀ ਆ ਉਹਦੇ ਸਹੁਰੇ ਚੜ ਕੇ ਆ ਜਾਂਦੇ, ਅਸੀਂ ਤਾਂ ਤੇਰੇ ਨਾਲ ਖੜਦੇ। ਸਹੁਰੇ ਵੀ ਉਹਦੇ ਲੋਕਾਂ ਦੀਆਂ ਉਂਗਲਾਂ 'ਤੇ ਚੜੇ ਹੋਏ ਨੇ, ਪ੍ਰੀਤ ਵੀ ਲੋਕਾਂ ਦੀਆਂ ਉਂਗਲਾਂ 'ਤੇ ਚੜੀ ਹੋਈ ਹੈ, ਕੁਛ ਨਹੀਂ ਹੈਗਾ, ਮੇਰੇ ਬੱਬੂ ਵਰਗਾ ਤਾਂ ਸਾਰੇ ਪਿੰਡ 'ਚ ਮੁੰਡਾ ਹੈ ਨਹੀਂ। ਹੁਣ ਨੌਕਰੀ 'ਤੇ ਲੱਗ ਗਿਆ, ਲੋਕਾਂ ਦੀਆਂ ਅੱਖਾਂ ਖੁੱਲੀਆਂ ਰਹਿ ਜਾਣਗੀਆਂ। ਹਾਂ ਵੀ ਭੂਰੇ ਦਾ ਮੁੰਡਾ ਨੌਕਰੀ 'ਤੇ ਲੱਗ ਗਿਆ, ਹਾਂ ਬਥੇਰਾ ਕੁਛ ਲੋਕ ਜਰਦੇ ਨੇ, ਵੱਡੇ ਮਹਾਪੁਰਸ਼ਾਂ ਨੂੰ ਮਾੜਾ ਕਹਿੰਦੇ ਨੇ, ਬਾਬਾ ਜੀ ਨੂੰ ਥੋੜਾ ਕਹਿੰਦੇ ਨੇ ਚਾਚੀ, ਮਾੜਾ ਬਥੇਰਾ। ਪਰ ਕੀ ਕਰ ਸਕਦੇ ਆ, ਨਿਰਾਲੇ ਬਾਬੇ ਦੀ ਕਿਰਪਾ ਸਾਡੇ ਤੇ ਹੋ ਗਈ, ਤੁਹਾਡੇ ਤੇ ਵੀ ਹੋ ਜਾਣੀ, ਤੁਹਾਡੇ ਤੇ ਤਾਂ ਪਹਿਲਾਂ ਹੋਈ, ਜਿਹੜੀ ਜੱਸੀ ਨੂੰ ਉਹਨੇ ਆਪਣੇ ਲਵੇ ਰੱਖ ਲਿਆ। 3-4 ਮਹੀਨੇ ਨੂੰ ਕਿਰਪਾ ਹੀ ਕਿਰਪਾ ਹੈ ਚਾਚੀ। ਕਿਵੇਂ ਆ ਬੱਗੜਾ? ਵਧੀਆ ਚਾਚਾ, ਤੂੰ ਦੱਸ ਠੀਕ ਹੈ? ਕਾਟੋ ਫੁੱਲਾਂ ਦੇ ਖੇਡਦੀ ਹੈ ਕਿਵੇਂ, ਦੁਪਹਿਰੇ ਦੁਪਹਿਰੇ ਤੁਰਿਆ ਫਿਰਦਾ ਓਏ? ਮੈਂ ਤਾਂ ਚਾਚਾ ਮੱਕੀ ਰਮਾਉਣ ਆਇਆ ਦੀ। ਮੱਕੀ ਰਮਾਉਣ ਆਇਆ ਜੀ। ਲਾਈਟ ਤਾਂ ਮੇਰਾ ਸੜਾ ਕਦੋਂ ਦੀ ਆਈ ਹੈ? ਮੇਰਾ ਆਟੋਮੈਟਿਕ ਜਿਹਾ ਲਾਇਆ ਹੋਇਆ ਹੈ, ਮਹਾਂ ਚੱਲ ਇਹਨੇ ਚਾਚੀ ਨਾਲ 4 ਗੱਲਾਂ ਮਾਰ ਆਉਂਦੇ ਹਾਂ। ਵਧੀਆ ਕਰੇ ਆਉਂਦੇ ਹਾਂ। ਖੜੀ ਹੋ ਨਹੀਂ, ਨਾਲ ਦਾ ਜ਼ਿਆਦੀ ਘੁੱਟ ਬਣਾ ਦੇ, ਨਾਲੇ ਪਰੌਂਠੇ ਬਣਾ ਦੇ, ਮੁੰਡਾ ਤੜਕੇ ਕੁਛ ਲੈ ਕੇ ਨਹੀਂ ਗਿਆ ਹੈਗਾ, ਫੜਾ ਭੱਜ ਕੇ ਬੱਸ ਚੜ੍ਹ ਜੂੰ ਉਰੋਂ। ਦੇਖ ਲੈ ਚਾਚਾ, ਤੂੰ ਉੱਥੇ ਮੇਰੇ ਮਾਗਰ ਪੈਂਦਾ ਦੀ, ਕਹਿੰਦਾ ਕੀ ਕਰਨਾ 35,000 ਦਾ ਸੰਤਰਾ, ਹੈ ਹੋ ਗਈ ਨਾ ਕਿਰਪਾ, ਲੱਗ ਗਿਆ ਨਾ ਬੱਬੂ ਨੌਕਰੀ 'ਤੇ। ਆਹੋ ਭਾਈ, ਅਸੀਂ ਕੱਲ੍ਹ ਨੂੰ ਸੰਤਰੇ ਖਾਧੇ ਨੇ ਕਰੇ, ਸੰਗਤ ਨੇ ਤੁਹਾਡੇ ਡੇਰੇ 'ਚ ਹੀ ਆਉਂਦੇ ਨੇ, ਉਹੀ ਵਧੀਆ ਆਉਂਦੇ ਨੇ, ਹੈ ਇਹੋ ਜਿਹੇ ਮੇਰੇ ਸਲ ਦੇ ਗਲੇ ਹੋਏ ਸੰਗਤ ਨੇ ਚਾਹੇ ਬੋਰੀ ਭਰ ਲਿਆ ਇੱਥੋਂ ਸਬਜ਼ੀ ਮੰਡੀ 'ਚੋਂ। ਚਾਚਾ ਤੇਰੀ ਹੈ ਨਹੀਂ ਸ਼ਰਧਾ, ਜਿਹਦੀ ਸ਼ਰਧਾ ਪੱਥਰਾਂ 'ਚੋਂ ਵੀ ਭਗਵਾਨ ਭਾਲ ਲੈਂਦੇ ਨੇ। ਕਾਹਨੂੰ ਬੋਲਦਾ,
रब का ना ले लिया करा देख लाए ते किड्डी कृपा हो गई मैं तो आप डेरे बग जाना हूं बब्बू नौकरी लग गया डेरे बग जाना ढाई तीन महीने उत्थे रहूंगी तनखा पाऊगी नाले मैनू भी देखूंगी जो सेवा सुवा मिल गई तू डेरे की करेगी उत्थे जाके है तेन नहीं रखता हो मेरे सारे कणक वाले ड्रम जी है वह रखता छाट छाट के कच्चिया कच्चिया बनिया डेरे की मूँह देखे जिम्मे भैन का फो ट्रैक्टर का मूहों बंपर भुन फुटा हो चल तू जाली चावल ना मार तू चाह बना दे जेड़ा काम कही दा कर दे परानू कर लता चंगा चाची मैं भी चलदा फिर दुध भी कहते दूजा पींदा जिहड़ी गां रखी है बदाम बदूम पाउंदे कहते गां नूं वधिया है चाचा कह बोलदा चार पीढ़ियां हो गई जाओ भाई थोड़ा मेरे साले का दिमाग बन लिया दिमाग की लिया पिया मंदारियां वांगू थोड़ा तो इसे गल्ला नूं बोल मारिया दी चाचा मैनूं तो भाग जा लड़न नूं मैनूं पता दी आही गाला ही कटदा होऊगा इह गाला कटनी इहने बुला के होर की करना थोड़े नहीं कंजे दे दिमाग च गल पैंदी जिहड़ी गल मैं कहना थोनूं उदे पता लगू जदों थोड़ी तीवी भज गई खसम दे कित्थों कुड़ी चौदे बने निराले बाबे दे मेरे साल दा जिन्ना बाबा खाना कुड़ी चौदा इत्थे पंजाब च आ के डिग गया है जिन्ना बाबा खाना जिन्ने ड्रामे बजी टकबंज बाजी है मेरे साल की सारी पंजाब च इतने खसम ने लेने कर ले रहे लिया नहीं छेरी चाह रोटी रुटी लिया मुंडे फड़ा के आवा यार मेरी गल का ध्यान सुन ला यार मैं घंटे का बोली जाना यार बाबू की सुना मैं तेरी गल की रह गया हूँ सुनने नू बस कर बहुत हो गया ये सब चीजा तो बाद मैं तेरी शक्ल ना देखा मैं फिर भी तेरी गल सुन आई इतने ओ यार प्लीज यार देखो सिचुएशन ही इदा की बन गई सी यार 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 मेरे मम्मी डैडी का कसूर है यार मेरा की कसूर रहिंदा खुदा प्रीत ने यार कसर कटती यार वो लेके गई है तेरे पिंड यार सारियां नूं मैं थोड़ी लेके गया पर उत्थे तो एक बार खड़े आ जिथे मैनू तेरी लोड़ सी तू खड़े आ सारी गलती मैं अपने सिर ले ली पर तैनू फिर भी एहसास नहीं होया यार मैं होस्पिटल च भी गया सीगा सौ लगे यार तेरी मम्मी ने रोकता यार मैनू यार मैनू बोलण का मौका तो दिते नहीं गया यार बस कर बब्बू हुण जिन्नियां सफाइयां देनियां दे दे ओ तां मैं ही गलत सी जो तेरियां मिठियां गल्लां च आ गई तू ना अपना घर बसा मैनू किसे दी लोड़ नहीं हैगी सुन गया ओ यार प्लीज यार देखी आए ना कर यार सिमरन यार मेरा कसूर ही नहीं यार कोई यार मैनू तां जान बुझ के विच फसाया जांदा यार जान बुझ के क्यों फसाउणगा कोई पागल आ तू जां मैं पागल आ ओ यार सिम कुछ पता लग गया उन्होंने सामने मेरी तो की ना मेरी मां ही चलती ना मेरे प्यो की चलती है कौन व्याह कराऊ मेरे नाल दसी तू करा लेगा ओ यार तू तो होरे पासे ले गई यार गल यार तू प्लीज मेरी गल तो सुन ला यार यार एक बार यार माफ कर दे मैनू यार यार तू मैनू माफ कर दे अज तो बाद ना मेरे रस्ते च ना आई
मैं भी पागल हाँ, पता नहीं क्यों तेरिया गल्ला सुनती पई हाँ, इन्ना कुछ होने तो बावजूद भी। चाचा पै गया खेतों आया सी, मिट्टी नहीं ला के आई थी बटन, मां चल 10 मिनट घर जाके आराम कर ला। अच्छा हो ठीक ठाक हाँ ले रे जी? आहो ले बस चकाती हूं तो की कहना थी आप। चाह पीगा कि पानी बनवा? बस रहन दे पी की आया थी मैं तो। चल वधिया की कहती है हूँ उन्हें की कहना चाचा उसका लहू पी गया। क्यों तड़के बह गई कहती मैं तो जाना बब्बू दी जाना कहती मैं नहीं तलाक लेंदी मैं तो बथेरा समझा लिया जोर ला लिया जिन्ना फौ पैंदा थी चला लिया मैं तो उन्हें की करा। फिर तू की चाहना हूँ चाचा? मेरे चाहन ना चाहन नाल की हुंदा? मैं तो बथेरा जोर ला लिया मन दी नहीं कहती मैं तो जाना ही बब्बू दे जाना हूँ जे बब्बू दे तोड़ दें तां मर गए नहीं तोड़ दे तां मर गए जे कल कलां नूं कुछ कर लिया फिर आपां की करांगे? कर दिया कर लैण दे यार हले साड़ा थोड़ा कुछ होया गा थोड़ी भाई भैन की गल एक है यार। यार चाचा मेरी की गल मैं तेरे कि नहीं मैं तेरे सामने कि जोर लाया फिर मन दे क्यों नहीं मेरी ना तो मैं उत्ते जबान हलिया रखी है कुत्ती यार मैं क्या गल करांगे तू चाचा कड़ा मैनू कड़ा तू ताप मांगर लगता क्यों नहीं पुछया उही मरी जाना हूं लकड़ा च दे दांगे यार मरी जाना की दबके रहना गा तो इत्थे तक गल आउंदी चारे पासे फसया चाचा मेरे ही जी करदा भैन दा कुछ खा के मर जा मर जो सारा टब्बर मर जो आई कुछ करोगे भैन दा आई लक्षणा ते तुरे होए उतर मैं करा ता की करा ओ नहीं सुनदी मेरी ओ पैया मुंह माड़ा मोटा रख घर से यार दो मार थापड़िया के मैंने सुनदी हैगी ओ मरी जाना होना गा तू बोल बंदिया वांगू समझा उन्हू भी आह गल आ गई पहला तेरे पिछे लग के की कुछ हो गया हूं तू साडे मांगर लग जा। चाचा मैं बथेरा मांगर लग्या मैं ओदा की करा सुनदी ही नहीं मैं बथेरा जाऊंगा तेरे च नहीं कोई कण कंडा यार क्यों नहीं मारदा बड्डी है फिर भी लोक आपदी इज्जत बचाउण खातर घरां च बाड़ बाड़ अंदर कुंडे ला ला के बथेरे कुट कटापा कर दे नेंगे भी गल बाहर ना जावे इत्थे साले इज्जत रोल लै रही हैगी ओह ओदे पिछे मलंग पिछे लगती है सारा की करतूता करता फिर सारे नाले पता गा। मेरी गल सुन हाँ भैन मरा गया कजिया जड़ा कुछ हुंदा होण दे आपां इहनू बब्बू दी तोड़ दांगे कुछ नहीं हुंदा क्यों तोड़ दे यार फिर उरे सारा दिन रोई जांदी है बड़के अंदर ना कम करे मूंह मोटा करके रखदी है। एक मिनट तोड़न दी गल करदा ना तू मलंग नू खड़चा उत्थे आपदा खुशता रहूगी हसू खेडू तो सही आ करतूतं देख ओदियां देखी देख अज ही ला मैं बैड़ियो बना के देख लै तोरोंगे तुसी इहदा चाचा ओही कुड़ी है साड़ा छटिया होया मलंगा है